ਧੀ ਨੇ ਵਿਆਹ ਵਾਲੇ ਦਿਨ ਪਿਓ ਨਾਲ ਕਰਤਾ ਆ ਕੰਮ। ਲੋਕ ਕਹਿੰਦੇ ਧੀਆਂ ਹੋਣ ਤਾਂ ਇਹੋ ਜਿਹੀਆਂ। ਦੋਸਤੋ ਅਕਸਰ ਹੀ ਬਹੁਤ ਸਾਰੇ ਲੋਕ ਧੀ ਜੰਮਣ ਤੋਂ ਡਰਦੇ ਨੇ, ਪਰ ਹੁਣ ਪੰਜ ਧੀਆਂ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਧੀ ਆਪਣੇ ਪਿਤਾ ਦੇ ਸੋਨੇ ਦੀ ਛਾਂਪ ਪਾ ਰਹੀ ਹੈ। ਦਰਅਸਲ ਇਸ ਪਿਤਾ ਦੀਆਂ ਪੰਜ ਧੀਆਂ ਸੀ ਅਤੇ ਕੋਈ ਵੀ ਪੁੱਤ ਨਹੀਂ ਸੀ, ਅਤੇ ਘਰ ਵਿੱਚ ਇੱਕ ਧੀ ਦੇ ਵਿਆਹ ਵਾਲੇ ਦਿਨ ਦੂਸਰੀ ਧੀ ਆਪਣੇ ਪਿਤਾ ਦੇ ਸੋਨੇ ਦੀ ਛਾਂਪ ਪਾਉਂਦੀ ਹੈ, ਕਿਉਂਕਿ ਜਿਸ ਘਰ ਵਿੱਚ ਮੁੰਡਾ ਨਹੀਂ ਹੁੰਦਾ ਅਕਸਰ ਹੀ ਉੱਥੇ ਧੀਆਂ ਮੁੰਡੇ ਦੇ ਫਰਜ਼ ਨਿਭਾਉਂਦੀਆਂ ਨੇ। ਸੋ ਅਕਸਰ ਹੀ ਜਦੋਂ ਕਿਸੇ ਘਰ ਵਿੱਚ ਧੀ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਕਹਿਣ ਲੱਗ ਜਾਂਦੇ ਨੇ ਕਿ ਜੇ ਮੁੰਡਾ ਹੋ ਜਾਂਦਾ ਤਾਂ ਚੰਗਾ ਹੁੰਦਾ, ਪਰ ਬਹੁਤੇ ਘਰਾਂ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਪੁੱਤਾਂ ਦੇ ਠਕਰਾਏ ਹੋਏ ਮਾਂ ਪਿਓ ਦਾ ਸਹਾਰਾ ਧੀਆਂ ਹੀ ਬਣਦੀਆਂ ਨੇ। ਬਹੁਤ ਸਾਰੇ ਲੋਕ ਧੀਆਂ ਨੂੰ ਪਰਾਇਆ ਧਨ ਵੀ ਕਹਿੰਦੇ ਨੇ, ਪਰ ਕਈ ਵਾਰ ਇਹੀ ਪਰਾਇਆ ਧਨ ਆਪਣਿਆਂ ਦੀ ਮੁਸ਼ਕਲ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।